ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਲੱਗੇ ਆਪਣਾ ਕੰਮ ਸਟਾਰਟ। ਆਪਣਾ ਕੰਮ ਮਤਲਬ, ਮੇਰੇ ਕਹਿਣ ਦਾ ਮਤਲਬ, ਜਿਵੇਂ ਤੁਹਾਨੂੰ ਕਿਹਾ ਸੀ ਮੈਂ ਪ੍ਰੋਗਰਾਮਿੰਗ ਵੀਡੀਓਜ਼ ਲੈ ਕੇ ਆ ਰਿਹਾ। ਸੋ ਅੱਜ ਦੀ ਇਹ ਸੀਰੀਜ਼ ਦੀ ਕਹਿ ਲਓ ਪਹਿਲੀ ਵੀਡੀਓ ਆ। ਸੋ ਮੈਂ ਕੋਰਸ ਕਰ ਰਿਹਾ ਹਾਂ ਹਾਰਵਰਡ ਯੂਨੀਵਰਸਿਟੀ ਦਾ CS50 ਦਾ ਕੋਰਸ, ਇੰਟਰੋਡਕਸ਼ਨ ਟੂ ਕੰਪਿਊਟਰ ਸਾਇੰਸ। ਆਪਾਂ ਸਭ ਤੋਂ ਪਹਿਲਾਂ ਚਲੋ ਆਪਾਂ ਉੱਥੇ ਪਹੁੰਚ ਜਾਂਦੇ ਹਾਂ EDX ਦੀ ਸਾਈਟ ਦੇ ਉੱਤੇ। ਸੋ ਇਹ ਕੋਰਸ ਜਾਣੀ ਕਿ ਮੈਂ ਹੋਰ ਵੀ ਇਨਰੋਲ ਕੀਤੇ ਨੇ, ਬਟ ਮੈਂ ਮੇਨ ਆਹੀ ਕਰ ਰਿਹਾ, ਹਾਰਵਰਡ ਯੂਨੀਵਰਸਿਟੀ CS50 ਇੰਟਰੋਡਕਸ਼ਨ ਟੂ ਕੰਪਿਊਟਰ ਸਾਇੰਸ। ਸੋ ਇਸ ਕੋਰਸ ਦੇ ਵਿੱਚ ਜਾਣੀ ਕਿ ਇੱਕ ਇਹ ਗੱਲ ਹੈਗੀ ਹੈ, ਜਿਵੇਂ ਆਪਾਂ ਯੂਟਿਊਬ ਵਗੈਰਾ 'ਤੇ ਫੋਲੋ ਕਰਦੇ ਹਾਂ, ਇਹ ਯੂਟਿਊਬ 'ਤੇ ਪਏ ਰਹਿੰਦੇ ਲੈਕਚਰ, ਬਟ ਉਹਦੇ 'ਤੇ ਆਪਾਂ ਨੂੰ ਪੂਰੇ ਔਰਗਨਾਈਜ਼ ਵੇ ਨਾਲ ਨਹੀਂ ਲੈਕਚਰ ਮਿਲਦੇ। ਸੋ ਮੈਂ ਪ੍ਰੈਫਰ ਕਰਦਾ EDX ਸਾਈਟ। ਸੋ ਇਸ 'ਤੇ ਹੀ ਜਾਣੀ ਕਿ ਆਪਾਂ ਨੂੰ Week 0, Week 1, Week 2, ਇਹ ਜਾਣੀ ਕਿ ਪਿਛਲੇ ਸਾਲ ਦੇ ਰਿਕਾਰਡ ਕੀਤੇ ਹੋਏ ਲੈਕਚਰਸ ਨੇ, ਅਤੇ ਹੁਣ ਵੀ ਇਹਨਾਂ ਦਾ ਚੱਲ ਰਹੇ ਨੇ ਲਾਈਵ ਲੈਕਚਰ ਔਨਲਾਈਨ ਜ਼ੂਮ ਦੇ ਉੱਤੇ। ਅਤੇ ਪ੍ਰੋਬਲਮ ਸੈਟ 3 ਆਪਾਂ ਸੋਲਵ ਕਰ ਰਹੇ ਹਾਂ। ਇਸ ਦੇ ਵਿੱਚ ਮੈਂ ਕਰ ਰਿਹਾ ਸੋਲਵ ਪੋਲੈਰਿਟੀ ਵਾਲਾ, ਮੈਂ ਸੋਲਵ ਕਰ ਲਿਆ ਸੀ ਇਹ, ਜਾਣੀ ਕਿ ਵੋਟਿੰਗ ਸਿਸਟਮ ਕਰ ਰਹੇ ਹਾਂ ਇਸ ਟਾਈਮ। ਜਿਵੇਂ ਆਪਾਂ ਵੋਟਿੰਗ ਕਰਦੇ ਹਾਂ ਤਾਂ ਵੋਟਿੰਗ ਦੇ ਵਿੱਚ ਜਿਵੇਂ ਆਪਾਂ ਵੋਟਾਂ ਕਰਦੇ ਹਾਂ, ਜਿੰਨੇ ਵੀ ਆਪਣੇ ਵੋਟਰਸ ਹੁੰਦੇ ਨੇ ਸਾਰੇ ਵੋਟ ਕਰਦੇ ਨੇ, ਇੱਕ ਕੈਂਡੀਡੇਟ ਨੂੰ ਵੋਟ ਕਰਦੇ ਨੇ ਐਟ ਅ ਟਾਈਮ। ਸੋ ਇਸ ਦੇ ਵਿੱਚ ਕੀ ਹੁੰਦਾ, ਜਿਹਦੀ ਸਭ ਤੋਂ ਵੱਧ ਵੋਟਾਂ ਹੋਣਗੀਆਂ ਉਹ ਜਾਣੀ ਕਿ ਜਿੱਤ ਜੂਗਾ, ਬਟ ਜਿਹੜੀ ਰਨਆਫ ਵਾਲੀ ਸਿਚੁਏਸ਼ਨ ਆ। ਸੋ ਇਸ ਰਨਆਫ ਵਾਲੀ ਦੇ ਵਿੱਚ ਕੀ ਹੈ ਵੀ ਆਪਾਂ ਵੋਟ ਕਰਦੇ ਹਾਂ ਇੱਕ ਜਣੇ ਨੂੰ ਨਹੀਂ ਕਰਦੇ, ਜਿਵੇਂ ਹੁਣ 3 ਕੈਂਡੀਡੇਟ ਨੇ ਇੱਥੇ, ਇਹਨਾਂ ਦੀ ਐਗਜ਼ਾਮਪਲ ਦਿੱਤੀ ਹੈ ਐਲਿਸ, ਬੌਬ, ਚਾਰਲੀ। ਸੋ ਇਹ 3 ਕੈਂਡੀਡੇਟ ਨੇ ਅਤੇ 5 ਵੋਟਰ ਨੇ, ਜਿਹਨਾਂ ਨੇ 5 ਜਣੇ ਨੇ ਵੋਟ ਕਰਨੀ ਆ ਉਹਨਾਂ ਨੂੰ। ਜਿਵੇਂ ਜਿਹੜਾ ਪਹਿਲਾ ਕੈਂਡੀਡੇਟ ਵੋਟਰ ਆ, ਉਹਨੇ ਪਹਿਲੇ ਵਾਰੀ ਚੁਣਿਆ ਵੀ ਐਲਿਸ ਉਹਦੀ ਪਹਿਲੀ ਚੋਇਸ ਹੈ, ਦੂਜੀ ਹੈਗੀ ਬੌਬ, ਤੀਜੀ ਹੈਗੀ ਚਾਰਲੀ। ਸੋ ਇਸ ਤਰ੍ਹਾਂ ਜਾਣੀ ਕਿ ਚੌਥਾ, ਪੰਜਵਾਂ, ਜਾਣੀ ਕਿ ਤੀਜਾ, ਚੌਥਾ, ਪੰਜਵਾਂ, ਜਾਣੀ ਕਿ ਇੱਦਾਂ ਹੀ ਅਗਲੇ ਵੋਟਰਸ ਦੀ ਅੱਡ ਅੱਡ ਪ੍ਰੈਫਰੈਂਸ ਆ। ਸੋ ਇਸ ਦੇ ਵਿੱਚ ਹੁਣ ਕੀ ਹੈ, ਐਲਿਸ ਨੂੰ 2 ਵੋਟਸ ਹੋ ਗਈਆਂ, ਬੌਬ ਨੂੰ 2 ਵੋਟਸ ਹੋ ਗਈਆਂ, ਅਤੇ ਚਾਰਲੀ ਨੂੰ 1 ਵੋਟ ਆ। ਸੋ ਇਸ ਦੇ ਵਿੱਚ ਹੁਣ ਵਿਨਰ ਕਿਵੇਂ ਨਿਕਲਦਾ, ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਇਹਦੇ ਵਿੱਚ ਸਾਰਿਆਂ ਦੇ ਰੈਂਕ 1-1 ਨਾਲ ਦੇਖ ਲੈਂਦੇ ਹਾਂ ਕਿੰਨੀਆਂ ਵੋਟਸ ਨੇ, ਕਿਹਨੂੰ ਪਈਆਂ। ਜਾਣੀ ਕਿ ਇਸ ਪ੍ਰੋਬਲਮ ਦੇ ਵਿੱਚ ਇਹਨਾਂ ਨੇ ਸਿੰਪਲੀ ਕੀ ਕੀਤਾ, ਐਲਿਸ ਨੂੰ ਜੇ 1 ਪਈ ਹੈ, 2 ਪਈਆਂ, ਬੌਬ ਨੂੰ ਵੀ 2 ਪਈਆਂ, ਇਹਨਾਂ ਦੋਨਾਂ ਦਾ ਉਸ ਦੇ ਵਿੱਚ ਟਾਈ ਅਪ ਚੱਲ ਰਿਹਾ, ਜਾਣੀ ਕਿ ਇਹਨਾਂ ਦੋਨਾਂ ਦੇ ਬਰਾਬਰ ਵੋਟਸ ਚੱਲ ਰਹੇ ਨੇ। ਬਟ ਜਿਹੜਾ ਚਾਰਲੀ ਹੈ ਉਹਦੀ ਸਿਰਫ 1 ਵੋਟ ਆ। ਹੁਣ ਜਿਹਦੀ ਇਹ ਘੱਟ ਵੋਟ ਆ ਉਹਦੀ ਆਪਾਂ ਕੀ ਕਰਾਂਗੇ, ਉਹਨੂੰ ਐਲੀਮੀਨੇਟ ਕਰ ਦਾਂਗੇ, ਉਹਦੀ ਜਾਣੀ ਕਿ ਆਪਾਂ ਸੈਕਿੰਡ ਪ੍ਰੈਫਰੈਂਸ ਦੇਖਾਂਗੇ। ਉਸ ਕੈਂਡ ਵੋਟਰ ਦੀ ਸੈਕਿੰਡ ਪ੍ਰੈਫਰੈਂਸ ਕੀ ਸੀ, ਉਹ ਸੀਗੀ ਐਲਿਸ। ਹੁਣ ਐਲਿਸ ਦੇ ਕੋਲ 3 ਵੋਟਸ ਹੋ ਗਈਆਂ, 2 ਪਹਿਲਾਂ ਸੀਗੀਆਂ, ਚੌਥੀ ਆ ਗਈ, ਚੌਥੀ ਨਹੀਂ ਤੀਜੀ। ਸੋ ਹੁਣ ਐਲਿਸ ਕੋਲ 3 ਵੋਟਸ ਨੇ, ਬੌਬ ਕੋਲ 2 ਵੋਟਸ ਨੇ, ਅਤੇ ਚਾਰਲੀ ਨੂੰ ਆਪਾਂ ਐਲੀਮੀਨੇਟ ਕਰਤਾ। ਸੋ ਇਸ ਗੱਲ ਕਰਕੇ ਇਸ ਦੇ ਵਿੱਚ ਐਲਿਸ ਜਿਹੜਾ ਆ ਉਹ ਵਿਨਰ ਹੋ ਗਿਆ। ਸੋ ਇਹ ਪ੍ਰੋਬਲਮ ਸੈੱਟ ਦੇ ਵਿੱਚ ਬਾਕੀ ਇਹਨਾਂ ਨੇ ਕੋਡ ਖੁਦ ਇੰਪਲੀਮੈਂਟ ਕੀਤਾ ਸੀ। ਮੈਂ ਕਰਨੇ ਸੀਗੇ 5 ਫੰਕਸ਼ਨਸ ਨੂੰ ਮੈਂ ਜਾਣੀ ਕਿ ਇੰਪਲੀਮੈਂਟ ਕਰਨਾ ਸੀਗਾ। ਸੋ ਵੋਟ ਫੰਕਸ਼ਨ ਦੇ ਵਿੱਚ ਸਿੰਪਲ ਸੀਗਾ ਵੀ ਜਿਵੇਂ ਆਪਾਂ ਇੰਟਰ ਕਰਾਉਣਾ ਯੂਜ਼ਰ ਵੀ ਕਿਹਨੂੰ ਪ੍ਰੈਫਰੈਂਸ ਜਿਹੜੀ ਕਿਹੜੀ ਹੈ, ਅਤੇ ਆਪਾਂ ਸਿੰਪਲੀ ਕਰਨਾ ਸੀਗਾ ਵੋਟ ਨੂੰ ਇੰਕਰੀਮੈਂਟ ਕਰਕੇ ਉਹਦੀ ਪ੍ਰੈਫਰੈਂਸ ਐਰੇ ਬਣਾ ਕੇ ਉਹਦੀ ਪ੍ਰੈਫਰੈਂਸ ਜਾਣੀ ਕਿ ਉਹਦੇ ਵਿੱਚ ਇੰਪਲੀਮੈਂਟ ਕਰਨੀ ਸੀਗੀ ਵੀ ਪਹਿਲੇ ਵੋਟਰ ਦੀ ਫਸਟ ਪ੍ਰੈਫਰੈਂਸ ਕੀ ਹੈ, ਫਸਟ ਦੀ ਸੈਕਿੰਡ ਪ੍ਰੈਫਰੈਂਸ ਕੀ ਹੈ, ਫਸਟ ਦੀ ਥਰਡ ਪ੍ਰੈਫਰੈਂਸ ਕੀ ਹੈ। ਸੋ ਇਸ ਤਰ੍ਹਾਂ ਜਿਹੜਾ ਟੈਬੂਲੇਟ ਫੰਕਸ਼ਨ ਆ, ਇਸ ਦੇ ਵਿੱਚ ਆਪਾਂ ਕੀ ਕਰਨਾ ਸੀਗਾ, ਕੈਂਡੀਡੇਟ ਐਰੇ ਆਪਣੇ ਕੋਲ ਇਹਦੇ ਵਿੱਚ 2 ਐਰੇ ਨੇ, ਇੱਕ ਕੈਂਡੀਡੇਟ ਐਰੇ, ਇੱਕ ਆਪਣੇ ਕੋਲ ਹੈਗਾ ਪ੍ਰੈਫਰੈਂਸ, ਪ੍ਰੈਫਰੈਂਸ ਵਾਲਾ ਹੈਗਾ 2 ਡਿਮੈਂਸ਼ਨਲ, ਅਤੇ ਕੈਂਡੀਡੇਟ ਐਰੇ ਹੈਗਾ ਆਪਾਂ ਜਾਣੀ ਕਿ ਖੁਦ ਬਣਾਇਆ ਹੋਇਆ ਇੱਕ ਸਟਰਕਚਰ। ਸੋ ਉਸ ਦੇ ਵਿੱਚ ਜਾਣੀ ਕਿ 3 ਫੀਲਡਸ ਮੈਂ ਅਪਡੇਟ ਕਰ ਰਿਹਾ, ਨੇਮ, ਵੋਟਰ ਕਾਊਂਟ, ਅਤੇ ਤੀਜੀ ਹੈਗੀ ਆਪਣੀ ਐਲੀਮੀਨੇਟ। ਸੋ ਇਸ ਦੇ ਵਿੱਚ ਜਾਣੀ ਕਿ ਆ ਟੈਬਲੇਟ ਫੰਕਸ਼ਨ, ਬਸ ਉਹਦੇ ਵਿੱਚ ਇੰਕਰੀਮੈਂਟ ਕਰ ਦਿੰਦਾ। ਸੋ ਇਸ ਤਰ੍ਹਾਂ ਹੀ ਪ੍ਰਿੰਟ ਵਿਨਰ ਦਾ ਫੰਕਸ਼ਨ ਇੰਪਲੀਮੈਂਟ ਕਰਨਾ, ਫਾਇੰਡ ਮੀਨ ਜਾਣੀ ਕਿ ਜਿਹਦੇ ਘੱਟ ਨੰਬਰ ਆਫ ਵੋਟਸ ਨੇ ਉਹ ਕਰਨੇ ਆ। ਬਾਕੀ ਕਾਫੀ ਜਾਣੀ ਕਿ ਮੈਂ ਇੰਪਲੀਮੈਂਟੇਸ਼ਨ ਤਾਂ ਕਰ ਚੁੱਕਿਆ, ਬਟ ਮੇਰੀ ਡੀਬਗਿੰਗ ਰਹਿੰਦੀ ਹੈ ਜੇ, ਮੇਰਾ ਜਾਣੀ ਕਿ ਆਊਟਪੁੱਟ ਨਹੀਂ ਮਿਲ ਰਹੀ ਜੋ ਮੈਨੂੰ ਚਾਹੀਦੀ ਐਕਚੁਅਲ। ਸੋ ਦੋਸਤੋ, ਆਪਣਾ ਜਾਣੀ ਕਿ ਬਸ ਇੱਕ ਫੰਕਸ਼ਨ ਰਹਿ ਗਿਆ, ਬਾਕੀ ਹੁਣ ਆਪਣਾ ਵੋਟ ਵਾਲਾ ਫੰਕਸ਼ਨ ਵੀ ਹੋ ਗਿਆ, ਇਹ ਤਾਂ ਜਾਣੀ ਕਿ ਹੋਏ ਸੀ, ਟੈਬਲੇਟ ਵੀ ਹੋਇਆ ਸੀ, ਪ੍ਰਿੰਟ ਵਿਨਰ ਵਾਲਾ ਵੀ ਠੀਕ ਸੀ, ਅਤੇ ਫਾਇੰਡ ਮੀਨ ਵਾਲਾ ਆਪਾਂ ਹੁਣ ਜਾਣੀ ਕਿ ਹੋ ਗਿਆ ਆਪਣਾ ਕਰੈਕਟ। ਸੋ ਇਸ ਦੇ ਵਿੱਚ ਜਾਣੀ ਕਿ ਬਹੁਤਾ ਕੁਛ ਕਰਨ ਦੀ ਲੋੜ ਨਹੀਂ ਪਈ, ਫਾਇੰਡ ਮੀਨ ਦੇ ਵਿੱਚ ਜਾਣੀ ਕਿ ਮੇਰਾ ਬਾਕੀ ਥੋੜ੍ਹੀ ਬਹੁਤੀ ਮਿਸਟੇਕ ਸੀਗੀਆਂ, ਅਤੇ ਮੀਨ ਫੰਕਸ਼ਨ ਜਾਣੀ ਕਿ ਆਹ ਫਾਊਂਡ ਵਾਲਾ ਫੰਕਸ਼ਨ ਟਰੂ ਹੋਇਆ ਤਾਂ ਹੀ ਇਹ ਜਾਣੀ ਕਿ ਐਗਜ਼ੀਕਿਊਟ ਹੋਊਗਾ। ਬਟ ਇਹਦੇ ਵਿੱਚ ਪ੍ਰੋਬਲਮ ਇਹ ਸੀਗੀ ਵੀ ਜਿਵੇਂ ਕਿ ਆਪਣੇ ਕੈਂਡੀਡੇਟਸ ਦੇ ਵਿੱਚ ਜੇਕਰ ਟਾਈ ਅਪ ਹੋ ਜਾਏ, ਜਿਵੇਂ ਕਿ ਸੇਮ ਨੰਬਰ ਆਫ ਵੋਟਸ ਨੇ ਸਾਰਿਆਂ ਨੂੰ, ਤਾਂ ਉਸ ਕੇਸ ਦੇ ਵਿੱਚ ਵੀ ਮਿਨੀਮਮ ਫੰਕਸ਼ਨ ਇਹਨੂੰ ਰਿਟਰਨ ਕਰਨਾ ਚਾਹੀਦਾ ਸੀਗਾ ਵੀ ਜਾਣੀ ਕਿ ਮਿਨੀਮਮ ਨੰਬਰ ਆਫ ਵੋਟ ਕਾਊਂਟ ਕਿੰਨਾ। ਅਤੇ ਮੈਂ ਕੀ ਕਰਦਾ ਸੀ,
ਵੀ ਜੇਕਰ ਮਿਨ ਇਹਨੇ ਇੱਕ ਵਾਰੀ ਪਹਿਲਾਂ ਦੇਖ ਲਿਆ ਵੀ ਮੇਨ ਪਹਿਲਾਂ ਇਹਨੇ ਦੇਖ ਲਿਆ ਵੀ ਆ ਆ ਠੀਕ ਆ, ਉਸ ਤੋਂ ਬਾਅਦ ਇਹਨੇ ਕੀ ਕੀਤਾ ਸਾਰਿਆਂ ਨਾਲ ਕੰਪੇਅਰ ਕੀਤਾ ਜੇਕਰ ਉਹਦੇ ਨਾਲੋਂ ਉਹਨੂੰ ਕੋਈ ਘੱਟ ਵੈਲਿਊ ਮਿਲਦੀ ਆ ਤਾਂ ਉਹਦੇ ਵਿੱਚ ਸਟੋਰ ਕਰ ਲੂਗਾ ਅਤੇ ਫਾਊਂਡ ਹੈਗਾ ਵੇਰੀਏਬਲ ਇਹਨੂੰ ਕਰ ਦੂਗਾ ਟਰੂ। ਸੋ ਮੈਂ ਕੀ ਕਰਦਾ ਸੀਗਾ ਹੁਣ ਜਿਵੇਂ ਜਾਣੀ ਕਿ ਜੇਕਰ ਸਾਰਿਆਂ 'ਚ ਟਾਈ ਆਪਾਂ, ਸੋ ਇਸ ਗੱਲ ਕਰਕੇ ਮੈਂ ਰਿਟਰਨ ਕੀ ਕਰਦਾ ਸੀਗਾ, ਇਫ ਫਾਊਂਡ ਦੈਨ ਰਿਟਰਨ ਮੀਨ ਵੋਟ, ਇਫ ਨੋਟ ਫਾਊਂਡ ਜਾਣੀ ਕਿ ਜੇ ਜਾਣੀ ਕਿ ਇਫ ਕੰਡੀਸ਼ਨ ਨਹੀਂ ਚੱਲੀ ਤਾਂ ਰਿਟਰਨ ਜ਼ੀਰੋ। ਸੋ ਇਹ ਪ੍ਰੋਬਲਮ ਸੀ ਉਸ ਵਿੱਚ, ਅਤੇ ਬਾਕੀ ਐਲੀਮੀਨੇਟ ਕਰਨ ਦੀ ਇੱਕ ਪ੍ਰੋਬਲਮ ਸੀਗੀ ਉਹਦੇ ਵਿੱਚ ਸਿੰਪਲ, ਮੈਂ ਜਾਣੀ ਕਿ ਇੱਥੇ ਥੋੜ੍ਹਾ ਜਿਹਾ ਗਲਤ ਕਰਦਾ ਸੀ, ਕੈਂਡੀਡੇਟ ਆਈ ਡੋਟ ਐਲੀਮੀਨੇਟ ਲਿਖਣਾ ਸੀ ਅਤੇ ਮੈਂ ਵੋਟਸ ਲਿਖਦਾ ਸੀ। ਸੋ ਇਹ ਮੇਰੀ ਮਿਸਟੇਕ ਸੀ ਥੋੜ੍ਹੀ ਜਿਹੀ। ਸੋ ਇੱਕ ਫੰਕਸ਼ਨ ਰਹਿ ਗਿਆ ਹੁਣ, ਉਹ ਹੈਗਾ ਇਜ਼ ਟਾਈ। ਸ਼ੁਕਰ ਹੈ ਯਾਰ ਮੇਰਾ ਜਾਣੀ ਕਿ ਅੱਜ ਕੰਪਲੀਟ ਹੋ ਜੂਗਾ ਇਹ, ਮੈਨੂੰ ਇਹਨੂੰ ਅੱਜ ਜਾਣੀ ਕਿ 12 ਦਿਨਾਂ ਤੋਂ ਵੱਧ ਹੋ ਗਿਆ ਟਾਈਮ। ਸੋ ਆਪਾਂ ਹੁਣ ਕਰਦੇ ਹਾਂ ਸੋਲਵ ਇਜ਼ ਟਾਈ ਫੰਕਸ਼ਨ। ਸੋ ਦੋਸਤੋ ਆਪਣਾ ਫਾਈਨਲ ਜਾਣੀ ਕਿ ਟੈਸਟ ਹੋ ਰਿਹਾ ਹੈ। ਮੈਂ ਪਹਿਲਾਂ ਵੈਸੇ ਵੀਡੀਓ ਸ਼ੂਟ ਕੀਤੀ ਸੀ ਜਾਣੀ ਕਿ ਮੇਰਾ ਕੰਪਿਊਟਰ ਵਿੱਚ ਬੰਦ ਹੋ ਗਿਆ ਸੀ, ਵਿੱਚ ਹੀ ਰਹਿ ਗਈ, ਅਤੇ ਜਾਣੀ ਕਿ ਹੁਣ ਆਪਣੀ ਫਾਈਨਲ ਚੈਕਿੰਗ ਹੋ ਰਹੀ ਹੈ ਜਿਹੜੇ ਟੈਸਟ ਕੇਸਿਸ ਨੇ, ਹੁਣ ਦੇਖਦੇ ਸਾਰੇ ਟਰੂ ਆਉਂਦੇ ਕਿ ਨਹੀਂ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਟੈਸਟ ਕੇਸਿਸ ਟਰੂ ਹੋ ਚੁੱਕੇ ਨੇ, ਕੋਈ ਵੀ ਹੁਣ ਇੱਥੇ ਰੈੱਡ ਵਾਰਨਿੰਗ ਨਹੀਂ ਸ਼ੋ ਕਰ ਰਿਹਾ। ਸੋ ਆਪਣਾ ਜਾਣੀ ਕਿ ਹੁਣ ਇਹ ਪ੍ਰੋਬਲਮ ਸੋਲਵ ਹੋ ਚੁੱਕੀ ਹੈ, ਅਤੇ ਇਹਨੂੰ ਜਾਣੀ ਕਿ ਪ੍ਰੋਬਲਮ ਨੂੰ ਅੱਜ ਪੂਰਾ 14 ਦਿਨ ਹੋ ਚੁੱਕੇ ਨੇ। 16 ਤਰੀਕ ਨੂੰ ਸ਼ੁਰੂ ਕਰੀ ਸੀ ਮੈਂ, ਅਤੇ ਅੱਜ 30 ਤਰੀਕ ਹੋ ਗਈ ਹੈ, ਅਤੇ ਬਾਕੀ ਜਾਣੀ ਕਿ ਕੱਲ੍ਹ ਆਪਾਂ ਸਾਰੀ ਦਿਹਾੜੀ ਇਹਨੂੰ ਹੀ ਸੋਲਵ ਕਰਦੇ ਰਹੇ। ਹੁਣ ਇਹਨੂੰ ਆਪਾਂ ਸਬਮਿਟ ਕਰਦੇ, ਇਹਨੂੰ ਸਬਮਿਟ ਕਰਨ ਵਾਸਤੇ ਆਪਾਂ ਨੂੰ ਇੱਥੇ ਜਾਣੀ ਕਿ ਕਮਾਂਡ ਦਿੱਤੀ ਹੋਈ ਇਹਨਾਂ ਨੇ ਸਬਮਿਟ ਕਰਨ ਵਾਸਤੇ। ਉਸ ਤੋਂ ਪਹਿਲਾਂ ਆਪਾਂ ਇਹਨੂੰ ਸਟਾਈਲ ਚੈੱਕ ਕਰ ਸਕਦੇ ਹਾਂ, ਸਟਾਈਲ 50 ਰਨਆਫ ਡੋਟ ਸੀ। ਸੋ ਇਹਦਾ ਸਟਾਈਲ ਸਿੰਪਲ ਇਹ ਹੁੰਦਾ ਹੈ ਜਿਵੇਂ ਆਪਾਂ ਇਫ ਦੇ ਵਿੱਚ ਆ ਕਿੰਨੇ ਸਪੇਸ ਛੱਡੀ ਹੋਈ ਆ, ਜਾਣੀ ਕਿ ਵਧੀਆ ਕੋਡ ਦੇਖਣ ਨੂੰ ਦਿਖੇ। ਸੋ ਇਸ ਦੇ ਵਿੱਚ ਦੇਖੋ ਜਿਵੇਂ ਹੁਣ ਗ੍ਰੀਨ ਗ੍ਰੀਨ ਦਿਖਾ ਰਿਹਾ, ਜਾਣੀ ਕਿ ਇੱਥੇ ਆਪਾਂ ਸਪੇਸ ਪਾਉਣੀ ਚਾਹੀਦੀ ਆ ਆਪਾਂ ਨੂੰ, ਜਿਹੜੀ ਕਿ ਆਪਾਂ ਨਹੀਂ ਪਾਈ ਹੈਗੀ, ਬਟ ਇਹਦਾ ਇੰਨਾ ਕੋਈ ਚੱਕਰ ਵੀ ਹੈ ਨਹੀਂ। ਚਲੋ ਆਪਾਂ ਫਿਰ ਵੀ ਪਾ ਲੈਂਦੇ ਹਾਂ ਆਪਣੀ ਸਪੇਸ। ਮੇਰਾ ਕੋਡ ਵੈਸੇ ਬਹੁਤਾ ਜੀ ਵਧੀਆ ਨਹੀਂ ਹੈਗਾ ਲਿਖਿਆ ਹੋਇਆ, ਜਾਣੀ ਕਿ ਕਾਫੀ ਮੈਂ ਇਹਦੇ ਵਿੱਚ ਲੂਪਸ ਵਗੈਰਾ ਯੂਜ਼ ਕੀਤੀਆਂ, ਸਿੰਪਲ ਫੋਰ ਲੂਪ ਯੂਜ਼ ਕੀਤੀ ਹੈ, ਅਤੇ ਇਫ ਐਲ ਵਾਇਲ ਡੂ ਵਾਇਲ ਉਹ ਕਿੱਥੇ ਯੂਜ਼ ਹੀ ਨਹੀਂ ਕੀਤੀ ਮੈਂ। ਜਾਣੀ ਕਿ ਕੋਡ ਆਪਣਾ ਜਾਣੀ ਕਿ ਮੈਂ ਜਾਣੀ ਕਿ ਸੋਲਵ ਕਰਨਾ ਸਿੱਖ ਗਿਆ ਵੀ ਆਪਾਂ ਸੋਲਵ ਕਿਵੇਂ ਕਰਦੇ ਹਾਂ ਪ੍ਰੋਬਲਮ ਨੂੰ, ਬਟ ਮੈਂ ਇੰਨਾ ਜਾਣੀ ਕਿ ਤੇਜ਼ ਵੀ ਨਹੀਂ ਕਰਦਾ ਸੋਲਵ। ਜਾਣੀ ਕਿ ਇਹੀ ਸੇਮ ਪ੍ਰੋਬਲਮ ਉੱਥੇ ਜਿਵੇਂ ਕੋਈ ਔਨਲਾਈਨ ਟੈਸਟ ਵਗੈਰਾ ਹੁੰਦਾ, ਜਿਵੇਂ ਹੁਣ ਮੈਂ TCS 'ਤੇ ਦੇ ਕੇ ਆਇਆ ਸੀ ਐਗਜ਼ਾਮ, ਸੋ ਉਸ ਦੇ ਵਿੱਚ ਜਾਣੀ ਕਿ ਇਹੀ ਸੇਮ ਪ੍ਰੋਬਲਮ ਆਪਾਂ ਨੂੰ ਸਿਰਫ 45 ਮਿੰਟ ਮਿਲ ਜਾਂਦੇ ਆ ਉਸ ਦੇ ਵਿੱਚ ਸੋਲਵ ਕਰਨੀ ਆ। ਅਤੇ ਇੱਥੇ ਮੈਂ ਜਾਣੀ ਕਿ ਅੱਜ 14 ਦਿਨ ਹੋ ਗਏ ਇਹਨੂੰ ਮੈਨੂੰ ਸੋਲਵ ਕਰਦੇ ਨੂੰ, ਅਤੇ ਅੱਜ ਜਾ ਕੇ ਹੋਈ ਮੇਰੇ ਤੋਂ ਸੋਲਵ ਇਹ ਪ੍ਰੋਬਲਮ ਡੇਲੀ ਮੈਂ ਇਹਦੇ 'ਤੇ। ਕੱਲ੍ਹ ਤਾਂ ਮੈਂ ਕਾਫੀ ਟਾਈਮ ਦਿੱਤਾ, ਕੱਲ੍ਹ ਪੂਰੀ ਸਾਰੀ ਦਿਹਾੜੀ ਲੱਗਿਆ ਰਿਹਾ ਮੈਂ, ਅਤੇ ਨਾਲ ਦੀ ਨਾਲ ਵੀਡੀਓ ਸ਼ੂਟ ਕੀਤੀ ਜਿਹੜੀ ਵੀ ਤੁਸੀਂ ਦੇਖੀ ਆ ਜਿਹੜੀ ਪਿੱਛੇ, ਇਹ ਸਾਰੀ ਵੀਡੀਓ ਕੱਲ੍ਹ ਦੀ ਸ਼ੂਟ ਕੀਤੀ ਹੋਈ ਮੇਰੀ। ਅਤੇ ਬਾਕੀ ਉਸ ਤੋਂ ਪਹਿਲਾਂ ਤਾਂ ਮੈਂ ਰੋਜ਼ ਦੇ ਜਾਣੀ ਕਿ 2-2 3-3 ਘੰਟੇ ਲੱਗਿਆ ਰਹਿੰਦਾ ਸੀਗਾ। ਆਪਣਾ ਹੋ ਗਿਆ ਕੰਮ, ਅਤੇ ਆਪਾਂ ਇਹਨੂੰ ਸਬਮਿਟ ਕਰਨੇ ਆ। ਸਬਮਿਟ ਕਰਨ ਵਾਸਤੇ ਇੱਥੇ ਇਹਨਾਂ ਨੇ ਦਿੱਤਾ ਹੋਇਆ ਸਬਮਿਟ 50 CS50 ਪ੍ਰੋਬਲਮਸ 2020X ਰਨ ਆਫ। ਓਕੇ ਸੋ ਇਹ ਜਾਣੀ ਕਿ ਇਹਦੇ ਵਿੱਚ ਗਿਟਹਬ ਦੇ ਨਾਲ ਲਿੰਕ ਆ ਮੇਰਾ, ਅਤੇ ਹੁਣ ਆਪਾਂ ਫਾਈਨਲ ਸਬਮਿਸ਼ਨ ਹੋ ਰਹੀ ਹੈ। ਸੋ ਹੁਣ ਅਪਲੋਡ ਹੋ ਰਹੀ ਹੈ, ਅਤੇ ਅਪਲੋਡ ਹੋਣ ਦੇ ਨਾਲ ਹੀ ਇਹ ਆਟੋਮੈਟਿਕਲੀ ਬੋਟ ਹੈਗੇ ਨੇ ਗਿਟਹਬ ਦੇ ਉੱਤੇ ਇਹਨਾਂ ਨੇ ਬਣਾਏ ਹੋਏ, ਅਤੇ ਉਹ ਜਾਣੀ ਕਿ ਆਟੋਮੈਟਿਕਲੀ ਕੋਡ ਚੈੱਕ ਕਰਕੇ ਆਪਾਂ ਨੂੰ ਰਿਜ਼ਲਟ ਦੱਸ ਦਿੰਦੇ ਨੇ। ਹੁਣ ਰਿਜ਼ਲਟ ਇਸ ਲਿੰਕ ਦੇ ਉੱਤੇ ਆ ਗਿਆ, ਸੋ ਇਸ ਲਿੰਕ ਨੂੰ ਆਪਾਂ ਓਪਨ ਕਰਦੇ ਹਾਂ, ਅਤੇ ਇੱਥੇ ਮੇਰੀ ਜਾਣੀ ਕਿ ਮੇਨ ਪ੍ਰੋਗਰੈਸ ਹੋਊਗੀ, ਜਾਣੀ ਕਿ ਮੇਰੀ 15 ਦਿਨ ਦੀ ਮਿਹਨਤ। ਸੋ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਚੈੱਕ 50 ਜਾਣੀ ਕਿ ਜਿੰਨੇ ਵੀ ਆਪਣੇ ਟੈਸਟ ਕੇਸ ਸੀਗੇ ਉਹ ਸਾਰੇ ਪਾਸ ਹੋ ਚੁੱਕੇ ਨੇ, 25 ਦੇ ਵਿੱਚੋਂ 25 ਨੰਬਰ ਮਿਲਣੇ ਆਪਾਂ ਨੂੰ, ਅਤੇ ਸਟਾਈਲ 50 ਦੇ ਵਿੱਚੋਂ ਪੂਰੇ ਜਾਣੀ ਕਿ ਇੱਕ ਨੰਬਰ ਮਿਲੇ ਆ, ਨਹੀਂ ਤਾਂ ਇਹ 0.5 ਇੰਨੇ ਨੰਬਰ ਦੇ ਦਿੰਦੇ ਆ। ਸੋ ਮੇਰੇ ਫੋਨ ਦੀ ਮੈਮਰੀ ਫੁੱਲ ਹੋ ਚੁੱਕੀ ਹੈ, ਸੋ ਅੱਜ ਦੀ ਵੀਡੀਓ ਬਸ ਇੱਥੇ ਹੀ ਸਮਾਪਤ ਕਰਦੇ ਹਾਂ। ਤੁਸੀਂ ਨੀਚੇ ਕਮੈਂਟ ਵਗੈਰਾ ਕਰਕੇ ਦੱਸਿਓ ਇਹ ਤੁਹਾਨੂੰ ਵੀਡੀਓ ਥੋੜ੍ਹੀ ਜਿਹੀ ਟੈਕ ਵਲੋਗ ਨਾਲ ਰਿਲੇਟਡ ਜਾਣੀ ਕਿ ਪ੍ਰੋਗਰਾਮਿੰਗ ਨਾਲ ਰਿਲੇਟਡ ਕਿਵੇਂ ਦੀ ਲੱਗੀ, ਅਤੇ ਬਾਕੀ ਮੈਨੂੰ ਲੱਗਦਾ ਵੀ ਬਹੁਤ ਹੀ ਜ਼ਿਆਦਾ ਤੁਹਾਨੂੰ ਸ਼ਾਇਦ ਰਿਲੇਟ ਨਹੀਂ ਕਰ ਪਾ ਰਹੇ ਹੋਗੇ। ਚਲੋ ਫਿਰ ਵੀ ਜਾਣੀ ਕਿ ਮੇਰਾ ਵਲੋਗ ਬਣਾਉਣ ਦਾ ਪਰਪਸ ਇਹੀ ਹੈ ਵੀ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਜਾਣੀ ਕਿ ਮੋਟੀਵੇਟ ਕਰ ਸਕਾਂ, ਅਤੇ ਆਪਣੀ ਥੋੜ੍ਹੀ ਬਹੁਤੀ ਨਾਲ ਦੀ ਨਾਲ ਡਾਕੂਮੈਂਟੇਸ਼ਨ ਤਿਆਰ ਕਰ ਸਕਾਂ। ਸੋ ਡੈਟਸ ਇਟ ਫੋਰ ਟੂਡੇਜ਼ ਵੀਡੀਓ, ਐਂਡ ਆਈ ਵਿਲ ਸੀ ਯੂ ਇਨ ਨੈਕਸਟ ਵਨ।